ਕਿਹਾ ਜਾਂਦਾ ਹੈ ਕਿ ਜੇਕਰ ਹੌਸਲੇ ਬੁਲੰਦ ਹੋਣ ਤਾਂ ਮੰਜ਼ਿਲ ਆਪਣੇ ਆਪ ਮਿਲ ਜਾਂਦੀ ਹੈ, ਬਸ ਲੋੜ ਹੁੰਦੀ ਹੈ ਸਖਤ ਮਿਹਨਤ ਦੀ। ਕੁਝ ਅਜਿਹਾ ਹੀ ਕਰ ਵਿਖਾਇਆ ਜਲੰਧਰ ਦੀ ਚੈਸ ਪਲੇਅਰ ਮਲਿਕਾ ਹਾਂਡਾ ਨੇ, ਜੋ ਬੇਸ਼ੱਕ ਬੋਲਣ ਅਤੇ ਸੁਣਨ ਦੇ ਵਿੱਚ ਤਾਂ ਅਸਮਰਥ ਨੇ, ਪਰ ਉਹਨਾਂ ਦੀਆਂ ਉਂਗਲੀਆਂ ਸ਼ਹਿ ਅਤੇ ਮਾਤ ਦੇ ਖੇਡ ਨੂੰ ਬਖੂਬੀ ਸਮਝਦੀਆਂ ਨੇ। ਇਸੇ ਦੇ ਚੱਲਦੇ ਹੁਣ ਉਹਨਾਂ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਵੱਲੋਂ ਸਨਮਾਨਿਤ ਕੀਤਾ ਜਾਣਾ। ਮਲਿਕਾ ਹਾਂਡਾ ਨੂੰ 3 ਦਸੰਬਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੈਸ਼ਨਲ ਅਵਾਰਡ ਦੇ ਨਾਲ ਸਨਮਾਨਿਤ ਕਰਨਗੇ, ਕਿਉਂਕਿ ਉਹਨਾਂ ਨੂੰ ਦਿਵਿਆਂਗ ਕੈਟੇਗਰੀ ਦੇ ਵਿੱਚ ਬੈਸਟ ਸਪੋਰਟਸਮੈਨ ਚੁਣਿਆ ਗਿਆ। ਦੱਸਦੇ ਕਿ ਮਲਿਕਾ ਪਿਛਲੇ ਸਾਲ ਚੈਸ ਦੇ ਵਿੱਚ ਇੰਗਲੈਂਡ ਦੇ ਮੈਨਚੈਸਟਰ ਸ਼ਹਿਰ 'ਚ ਆਈਸੀਸੀਟੀ ਓਲੰਪੀਅਡ ਦੇ ਵਿੱਚ ਸਿਲਵਰ ਮੈਡਲ ਹਾਸਲ ਕਰ ਚੁੱਕੇ ਨੇ, ਜਦਕਿ 8 ਵਾਰ ਨੈਸ਼ਨਲ ਚੈਂਪੀਅਨ ਵੀ ਉਹ ਰਹਿ ਚੁੱਕੇ ਨੇ। ਜਿਸ ਦੇ ਬਾਅਦ ਹੁਣ ਇਸ ਅਵਾਰਡ ਨੂੰ ਲੈ ਕੇ ਮਲਿਕਾ ਦੇ ਪੂਰੇ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਬੱਚੇ ਨੂੰ ਨੈਸ਼ਨਲ ਅਵਾਰਡ ਮਿਲ ਰਿਹਾ ਵੀ ਰਾਸ਼ਟਰਪਤੀ ਕੋਲੋਂ, ਔਰ ਬੱਚਾ ਤਾਂ ਬਹੁਤ ਜ਼ਿਆਦਾ ਖੁਸ਼ ਹੈ, ਔਰ ਸਾਰੀ ਫੈਮਿਲੀ, ਸਾਰੇ ਚੈਸ ਲਵਰਸ ਔਰ ਸਾਰਾ ਮੀਡੀਆ ਖਾਸ ਕਰਕੇ ਸਾਰਿਆਂ ਦੀਆਂ ਵਧਾਈਆਂ ਆ ਰਹੀਆਂ ਨੇ। ਇਹਨੇ ਸਿਰਫ ਫੇਸਬੁੱਕ 'ਤੇ ਉੱਤੇ ਪਾਇਆ ਔਰ ਸਭ ਜਣੇ ਕੋਂਗਰੈਟਸ ਕਰ ਰਹੇ ਆ ਮਲਿਕਾ ਨੂੰ, ਔਰ ਸਾਰੇ ਹੀ ਖੁਸ਼ ਹੈ ਇਸ ਟਾਈਮ ਦੇ ਉੱਤੇ। ਜਦੋਂ ਵਰਲਡ ਚੈਂਪੀਅਨ ਜਿੱਤੀ ਸੀ ਉਦੋਂ ਵੀ ਬਹੁਤ ਜ਼ਿਆਦਾ ਖੁਸ਼ ਸੀ, ਪਰ ਹੁਣ ਉਸ ਜਿੱਤ ਦੇ ਸਦਕੇ ਇਹਨੂੰ ਨੈਸ਼ਨਲ ਅਵਾਰਡ ਜਿਹੜਾ ਮਿਲ ਰਿਹਾ ਔਰ ਪਹਿਲੀ ਵਾਰੀ ਮਿਲ ਰਿਹਾ ਹੈਗਾ, ਇਸ ਕਰਕੇ ਬਹੁਤ ਜ਼ਿਆਦਾ ਖੁਸ਼ ਹੈਗੀ ਮਲਿਕਾ। ਨਮਸਕਾਰ, ਮੈਂ ਬਹੁਤ ਜ਼ਿਆਦਾ ਖੁਸ਼ ਹੈਗੀ ਹਾਂ ਕਿ ਮੈਂ ਨੈਸ਼ਨਲ ਅਵਾਰਡ ਦੇ ਲਈ ਚੂਜ਼ ਹੋ ਗਈ ਹਾਂ। ਗੌਰਮੈਂਟ ਨੇ ਮੈਨੂੰ ਚੂਜ਼ ਕਰ ਲਿਆ, 3 ਦਸੰਬਰ ਨੂੰ ਮੈਨੂੰ ਇੰਡੀਆ ਦੇ ਰਾਸ਼ਟਰਪਤੀ ਜੀ ਅਵਾਰਡ ਦੇਣਗੇ। ਪਹਿਲੇ ਮੈਨੂੰ ਪਹਿਲੀ ਵਾਰੀ ਮਿਲ ਰਿਹਾ, ਮੈਂ ਸਭ ਦਾ ਥੈਂਕਸ ਕਰ ਰਹੀ ਹਾਂ ਔਰ ਮੈਨੂੰ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੋ ਰਿਹਾ ਹੈ। ਦੱਸਦੀ ਕਿ ਇਸੇ ਸਾਲ ਸੁਤੰਤਰਤਾ ਦਿਹਾੜੇ ਦੇ ਮੌਕੇ ਦੇ ਉੱਤੇ ਵੀ ਰਾਸ਼ਟਰੀ ਪੱਧਰ ਤੇ ਜਲੰਧਰ ਦਾ ਪਰਚਮ ਫਹਿਰਾਉਣ ਵਾਲੀ ਹਾਂਡਾ ਨੂੰ ਮੁੱਖ ਅਤਿਥੀ ਰਹੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਵੀ ਸਨਮਾਨਿਤ ਕਰ ਚੁੱਕੇ ਨੇ, ਜਦਕਿ ਮਲਿਕਾ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰ ਵੀ ਜਿੱਤ ਚੁੱਕੀ ਹੈ ਅਤੇ ਹੁਣ 3 ਦਸੰਬਰ ਨੂੰ ਦਿੱਲੀ ਦੇ ਵਿਗਿਆਨ ਭਵਨ ਦੇ ਵਿੱਚ ਉਹਨਾਂ ਨੂੰ ਨੈਸ਼ਨਲ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾਣਾ ਹੈ। ਜਲੰਧਰ ਤੋਂ ਵਿਨੇ ਸ਼ਰਮਾ ਦੀ ਰਿਪੋਰਟ।